ਵੀ ਜੇ ਅਸੀਂ ਜਿਹੜੀਆਂ ਪ੍ਰੀਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਸੀ। ਸੋ ਲਗਭਗ 0.2 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਇਹ ਨੀਚੇ ਰਿਕਾਰਡ ਕੀਤਾ ਗਿਆ। ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 20.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 19.7 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਲਗਭਗ 0.7 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਟੈਂਪਰੇਚਰ ਕੰਡੀਸ਼ਨਸ ਜਿਹੜੀਆਂ ਨੀਅਰ ਨੋਰਮਲ ਅੱਜ ਕੱਲ੍ਹ ਚੱਲ ਰਹੀਆਂ ਨੇ, ਬਟ ਇਹਦੇ ਨਾਲ ਨਾਲ ਇੱਕ WD ਸਿਸਟਮ ਦਾ ਇਫੈਕਟ ਵੀ ਅਸੀਂ ਦੇਖ ਰਹੇ ਹਾਂ। ਸੋ ਉਹਦੇ ਕਰਕੇ ਆਉਣ ਵਾਲੇ 2-3 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ 'ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ, ਗਰਜ ਚਮਕ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਸਕਦੀਆਂ ਨੇ। ਜੀ, ਇਹਦੇ ਵਾਸਤੇ IMD ਵੱਲੋਂ ਜਿਹੜਾ ਅੱਜ ਔਰ ਕੱਲ੍ਹ 2 ਦਿਨ ਔਰੇਂਜ ਅਲਰਟ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਲਈ ਜਾਰੀ ਕੀਤਾ ਗਿਆ ਔਰ 28 ਤਰੀਕ ਨੂੰ ਯੈਲੋ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ। ਜੀ, ਕਿਉਂਕਿ ਹੁਣ ਆਲਮੋਸਟ ਸਾਰੀਆਂ ਹੀ ਜਿਹੜੀਆਂ ਰੱਬੀ ਕ੍ਰੋਪਸ ਮੈਚਿਓਰ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ, ਸੋ ਫਾਰਮਰਸ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਕਿ ਇਹ ਵਾਲੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਉਹ ਹਾਰਵੈਸਟਿੰਗ ਜਿਹੜੀ ਪਲਾਨ ਕਰਨ। ਔਰ ਸੈਕੰਡਲੀ, ਉਹਨਾਂ ਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਉਹ ਹਾਰਵੈਸਟ ਕਰ ਰਹੇ ਨੇ ਪ੍ਰੋਡਿਊਸ, ਉਹਨਾਂ ਨੂੰ ਨਾਲ ਦੀ ਨਾਲ ਜ਼ਰੂਰ ਸੰਭਾਲ ਲੈਣੀ ਚਾਹੀਦੀ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਦਾ ਅਦਰਵਾਈਜ਼ ਨੁਕਸਾਨ ਹੋ ਸਕਦਾ। ਜੀ, ਜੇ ਅਸੀਂ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨੋਰਮਲ ਜਿਹੜਾ ਟੈਂਪਰੇਚਰ ਚੱਲ ਰਿਹਾ ਹੈਗਾ ਔਰ ਆਉਣ ਵਾਲੇ 2-3 ਦਿਨ ਵੀ ਫਿਲਹਾਲ, ਕਿਉਂਕਿ ਜਿਹੜਾ WD ਸਿਸਟਮ ਦਾ ਇਫੈਕਟ ਹੈ, ਸੋ ਅਸੀਂ ਹਲੇ ਕੋਈ ਸਿਗਨੀਫਿਕੈਂਟ ਚੇਂਜ ਜਿਹੜੀ ਟੈਂਪਰੇਚਰ ਦੇ ਵਿੱਚ ਐਕਸਪੈਕਟ ਨਹੀਂ ਕਰ ਰਹੇ। ਉਹਦੇ ਤੋਂ ਬਾਅਦ ਜਦੋਂ ਕੰਡੀਸ਼ਨਸ ਕਲੀਅਰ ਹੋ ਜਾਂਦੀਆਂ ਨੇ ਫਿਰ ਟੈਂਪਰੇਚਰ ਦੇ ਵਿੱਚ ਰਾਈਜ਼ ਜ਼ਰੂਰ ਐਕਸਪੈਕਟ ਕਰ ਸਕਦੇ ਹਾਂ। ਵੀ ਜੇ ਅਸੀਂ ਜਿਹੜੀਆਂ ਪ੍ਰੀਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 37 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਸੀ। ਸੋ ਲਗਭਗ 0.2 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਇਹ ਨੀਚੇ ਰਿਕਾਰਡ ਕੀਤਾ ਗਿਆ। ਔਰ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 20.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 19.7 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਲਗਭਗ 0.7 ਡਿਗਰੀ ਸੈਂਟੀਗ੍ਰੇਡ ਜਿਹੜਾ ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਟੈਂਪਰੇਚਰ ਕੰਡੀਸ਼ਨਸ ਜਿਹੜੀਆਂ ਨੀਅਰ ਨੋਰਮਲ ਅੱਜ ਕੱਲ੍ਹ ਚੱਲ ਰਹੀਆਂ ਨੇ, ਬਟ ਇਹਦੇ ਨਾਲ ਨਾਲ ਇੱਕ WD ਸਿਸਟਮ ਦਾ ਇਫੈਕਟ ਵੀ ਅਸੀਂ ਦੇਖ ਰਹੇ ਹਾਂ। ਸੋ ਉਹਦੇ ਕਰਕੇ ਆਉਣ ਵਾਲੇ 2-3 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ 'ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ, ਗਰਜ ਚਮਕ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਸਕਦੀਆਂ ਨੇ। ਜੀ, ਇਹਦੇ ਵਾਸਤੇ IMD ਵੱਲੋਂ ਜਿਹੜਾ ਅੱਜ ਔਰ ਕੱਲ੍ਹ 2 ਦਿਨ ਔਰੇਂਜ ਅਲਰਟ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਲਈ ਜਾਰੀ ਕੀਤਾ ਗਿਆ ਔਰ 28 ਤਰੀਕ ਨੂੰ ਯੈਲੋ ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ। ਜੀ, ਕਿਉਂਕਿ ਹੁਣ ਆਲਮੋਸਟ ਸਾਰੀਆਂ ਹੀ ਜਿਹੜੀਆਂ ਰੱਬੀ ਕ੍ਰੋਪਸ ਮੈਚਿਓਰ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ, ਸੋ ਫਾਰਮਰਸ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਕਿ ਇਹ ਵਾਲੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਉਹ ਹਾਰਵੈਸਟਿੰਗ ਜਿਹੜੀ ਪਲਾਨ ਕਰਨ।